ਮੈਂ ਸ਼ਰਨ ਕੌਰ ਜੀ ਤੁਹਾਡੇ ਲਈ ਕੰਪਲੀਮੈਂਟ ਹੈ। ਮੈਂ ਜਿੰਨੀਆਂ ਵੀ ਹਾਲ ਤੱਕ ਤੁਹਾਡੀ ਫਿਲਮ ਦੇਖਿਆ ਨਾ, ਕਾਸਟਿੰਗ ਡਾਇਰੈਕਟਰ ਨੇ ਤੁਹਾਨੂੰ ਸੀਰੀਅਸਲੀ ਬੜੇ ਸਹੀ ਤਰੀਕੇ ਨਾਲ ਕਾਸਟ ਕੀਤਾ, ਕਿਉਂਕਿ ਜੋ ਤੁਹਾਡਾ ਚਿਹਰਾ ਨਾ, ਜੋ ਤੁਹਾਡਾ ਚਿਹਰਾ ਉਹ ਮਤਲਬ ਇੱਕ ਪੰਜਾਬ ਦੀ ਮੁਟਿਆਰ ਜੋ ਤੁਸੀਂ ਇਮੈਜਿਨ ਕਰਦੇ ਤਾਂ ਸ਼ਾਇਦ ਸ਼ਰਨ ਕੌਰ ਦਾ ਹੀ ਚਿਹਰਾ ਸਾਹਮਣੇ ਆਉਂਦਾ ਹੈ। ਆਪਣੀ ਜ਼ਿੰਦਗੀ ਜੀਣ ਲੱਗੇ ਸਿਰਫ 1-2% ਹੀ ਲੋਕ ਹੁੰਦੇ ਜਿਹੜੇ ਆਪਣੀ ਲਾਈਫ ਨੂੰ ਜੀ ਕੇ ਜਾਂਦੇ, ਬਿਕੋਜ਼ ਅਫਕੋਰਸ ਰਹਿਣ ਵਾਸਤੇ ਪੈਸਾ ਵੀ ਜ਼ਰੂਰੀ ਹੈ, ਬਟ ਉਹਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵੀ ਜੀਣਾ ਜ਼ਰੂਰੀ ਹੈ। ਜਦੋਂ ਏਕਤਾ ਟਾਈਗਰ ਦੇਖੀ ਸੀ ਨਾ, ਉਦੋਂ ਸਾਡਾ ਜਿਹੜਾ ਸ਼ਹਿਰ ਸੀ ਉਹ ਹਾਲੇ ਡੈਵਲਪ ਹੁੰਦਾ ਪਿਆ ਸੀ, ਹੁਣ ਸ਼ਹਿਰ ਡੈਵਲਪ ਹੋ ਗਿਆ, ਬੱਚੇ ਬਾਹਰ ਵੀ ਚਲ ਗਏ ਤੇ ਤੁਸੀਂ ਮਾਸ਼ਾਅੱਲਾ ਉਵੇਂ ਦੇ ਉਵੇਂ ਹੀ ਹੋ। ਰਾਜ ਬੇਸਿਕਸ ਚੀਜ਼ਾਂ ਹੈਗੀਆਂ ਨੇਗੀਆਂ, ਮੈਂ ਮਤਲਬ ਆਈ ਬਲੀਵ ਇਨ ਗੋਡ, ਬਸ ਬਾਬਾ ਜੀ ਲਈ ਕਰਦੇ ਨੇ। ਬੋਲਣਾ ਨਹੀਂ ਹੈ, ਸਿਰਫ ਇਸ਼ਾਰਿਆਂ 'ਚ ਸਮਝਾਉਣਾ ਹੈ, ਹਿੰਦੀ ਪੰਜਾਬੀ ਇੰਗਲਿਸ਼ ਇਹ ਤੱਕ ਨਹੀਂ ਤੁਸੀਂ ਬੋਲਣਾ। ਅੱਛਾ, ਉਹ ਤੁਹਾਡੇ ਨਾਲ ਇਸ਼ਾਰਿਆਂ 'ਚ ਹਿੰਦੀ ਇੰਗਲਿਸ਼ ਕਿੱਦਾਂ ਹੁੰਦਾ, ਹਿੰਦੀ ਤੁਸੀਂ ਇਦਾਂ ਕਰ ਦਿਓ, ਪੰਜਾਬੀ ਤੁਸੀਂ ਇਦਾਂ ਕਰ ਦਿਓ, ਦੈਟਸ ਇਟ। ਇੰਗਲਿਸ਼ ਇੰਗਲਿਸ਼ ਹੈ ਨਹੀਂ, ਪੰਜਾਬੀ ਇਦਾਂ ਕਰ ਦਿਓ, ਪੰਜਾਬੀ ਇਦਾਂ ਕਰ ਦਿਓ, ਇੰਗਲਿਸ਼ ਇੰਗਲਿਸ਼ ਹੈ ਹੀ ਨਹੀਂ ਯਾਰੀ, ਯਾਰੀਆਂ, ਯਾਰੀ ਤਿੰਨ ਵਰਡਸ ਨੇ, ਇੱਕ ਵਰਡ ਆ ਯਾਰੀ। ਜੁੱਤੀ ਦਾ ਕਲਰ ਕਿਹੜਾ ਆ, ਜੁੱਤੀ ਦਾ ਕਲਰ ਕਿਹੜਾ ਆ, ਪਿੰਕ, ਪਿੰਕੀ ਮੋਗੇ ਵਾਲੀ। ਵੈਲ, ਸੰਗਰਾਂਦ ਫਿਲਮ 22 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਕਾਸਟ ਗੈਵੀ ਭਾਜੀ ਅਤੇ ਸ਼ਰਨ ਕੌਰ ਜੀ ਮੇਰੇ ਨਾਲ ਬੈਠੇ ਨੇ, ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਵਾਂਗੇ। ਟ੍ਰੇਲਰ ਸੱਚੀ ਬੜਾ ਸੋਹਣਾ, ਜੈਨੂਅਨ ਤੁਹਾਨੂੰ ਮੈਂ ਰਿਵਿਊ ਦੇ ਰਿਹਾ, ਔਰ ਤਾਰੀਫ ਜਿਹੜੀ ਹੋ ਰਹੀ ਹੈ ਭਾਜੀ ਤੁਹਾਡੀ ਲੁੱਕ ਦੀ, ਤੁਹਾਡੇ ਐਕਸ਼ਨ ਦੀ, ਔਰ ਮੈਂ ਸ਼ਰਨ ਕੌਰ ਜੀ ਤੁਹਾਡੇ ਲਈ ਕੰਪਲੀਮੈਂਟ ਹੈ। ਮੈਂ ਜਿੰਨੀਆਂ ਵੀ ਹਾਲ ਤੱਕ ਤੁਹਾਡੀ ਫਿਲਮ ਦੇਖਿਆ ਨਾ, ਕਾਸਟਿੰਗ ਡਾਇਰੈਕਟਰ ਨੇ ਤੁਹਾਨੂੰ ਸੀਰੀਅਸਲੀ ਬੜੇ ਸਹੀ ਤਰੀਕੇ ਨਾਲ ਕਾਸਟ ਕੀਤਾ, ਕਿਉਂਕਿ ਜੋ ਤੁਹਾਡਾ ਚਿਹਰਾ ਨਾ, ਜੋ ਤੁਹਾਡਾ ਚਿਹਰਾ ਉਹ ਮਤਲਬ ਇੱਕ ਪੰਜਾਬ ਦੀ ਮੁਟਿਆਰ ਜੋ ਤੁਸੀਂ ਇਮੈਜਿਨ ਕਰਦੇ ਤਾਂ ਸ਼ਾਇਦ ਸ਼ਰਨ ਕੌਰ ਦਾ ਹੀ ਚਿਹਰਾ ਸਾਹਮਣੇ ਆਉਂਦਾ ਹੈ। ਗੁਰਦਾਸਪੁਰ ਤੋਂ ਕੁੜੀ, ਧੰਨਵਾਦ ਦੇ ਦਿਓ ਤੁਹਾਡਾ ਕਿਰਦਾਰ ਬੋਲਦਾ ਕਿ ਜੀਣ ਦਾ ਮਕਸਦ ਨਹੀਂ ਹੁੰਦਾ ਜਦੋਂ ਮਤਲਬ ਬੰਦਾ ਇਕੱਲਾ ਰਹਿ ਜਾਂਦਾ, ਤਾਂ ਜੀਣ ਦਾ ਮਕਸਦ ਕੁਛ ਇੱਦਾਂ ਦਾ ਡਾਇਲੋਗ ਸੀ, ਤਾਂ ਤੁਹਾਡਾ ਮੰਨਣਾ ਹੈ ਕਿ ਦੇਅਰ ਇਜ਼ ਅ ਹਾਇਰ ਪਰਪਸ ਆਫ ਲਾਈਫ, ਅਸੀਂ ਜੋ ਇਨਸਾਨ ਆ ਇਹਦਾ ਵੀ ਕੋਈ ਹਾਇਰ ਪਰਪਸ ਹੁੰਦਾ ਹੈ, ਜਸਟ ਇੱਕ ਜੰਮੇ ਆਪਣਾ ਕੰਮ ਕੀਤਾ ਖਾਧਾ ਪੀਤਾ? ਮੋਸਟਲੀ 80% ਲੋਕ ਅਸੀਂ ਆਹੀ ਸੋਚਦੇ ਹਾਂ, ਜੇ ਥੋੜ੍ਹਾ ਜਿਹਾ ਵੀ ਸਟ੍ਰੈਸ ਆ ਜਾਂਦਾ ਕਿ ਕਿਉਂ ਹੈ ਲਾਈਫ ਸਾਡੀ ਐਵੇਂ, ਕਿਉਂ ਆ ਕਿ ਆਏ ਹਾਂ, ਮਤਲਬ ਉਹ ਓਨੇ ਕੁ ਕੰਪੈਕਟ ਜ਼ੋਨ 'ਚ ਜੀ ਕੇ ਚੱਲ ਜਾਂਦੇ। ਅਸਲੀ ਜ਼ਿੰਦਗੀ ਜੀਣ ਲੱਗੇ ਸਿਰਫ 1-2% ਹੀ ਲੋਕ ਹੁੰਦੇ ਜਿਹੜੇ ਆਪਣੀ ਲਾਈਫ ਨੂੰ ਜੀ ਕੇ ਜਾਂਦੇ ਹਨ, ਬਿਕੋਜ਼ ਅਫਕੋਰਸ ਰਹਿਣ ਵਾਸਤੇ ਪੈਸਾ ਵੀ ਜ਼ਰੂਰੀ ਹੈ, ਬਟ ਉਹਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵੀ ਜੀਣਾ ਜ਼ਰੂਰੀ ਹੈ। ਤੁਸੀਂ ਮਤਲਬ ਮੈਂ ਇੰਨਾ ਕਹੀ, ਹੁਣ ਮੈਂ ਇੰਨਾ ਹੋ ਗਿਆ, ਪਰ ਤੁਸੀਂ ਉਵੇਂ ਦੇ ਉਵੇਂ। ਸੀਰੀਅਸਲੀ ਮਤਲਬ ਸੱਚੀ ਗੱਲ ਆ, ਮੈਨੂੰ ਯਾਦ ਆ ਮੈਂ ਜਦੋਂ ਏਕਤਾ ਟਾਈਗਰ ਦੇਖੀ ਸੀ ਨਾ, ਉਦੋਂ ਸਾਡਾ ਜਿਹੜਾ ਸ਼ਹਿਰ ਸੀ ਉਹ ਹਾਲੇ ਡੈਵਲਪ ਹੁੰਦਾ ਪਿਆ ਸੀ, ਹੁਣ ਸ਼ਹਿਰ ਡੈਵਲਪ ਹੋ ਗਿਆ, ਬੱਚੇ ਬਾਹਰ ਵੀ ਚਲ ਗਏ ਤੇ ਤੁਸੀਂ ਮਾਸ਼ਾਅੱਲਾ ਉਵੇਂ ਦੇ ਉਵੇਂ ਹੋ, ਇੰਨਾ ਮੇਨਟੇਨ ਕਰਕੇ ਰੱਖਦੇ। ਹੁਣ ਵੀ ਦੂਜਾ ਤੁਸੀਂ ਕਹਿੰਦੇ ਸੀ ਕਿ ਯਾਰ ਬਲੈਕ ਕਾਫੀ ਮੰਗਾ ਲਓ ਮੇਰੇ ਲਈ, ਔਰ ਦਿਨ ਦੇ ਤੁਸੀਂ ਇੰਨੇ ਕਿਹਾ ਬਲੈਕ ਕਾਫੀ ਪੀ ਜਾਂਦੇ, ਇੰਨੇ ਜ਼ਿਆਦਾ ਫਿੱਟ ਹੋ, ਕਿਵੇਂ ਮੈਨੇਜ ਕਰਦੇ ਹੋ, ਕੀ ਰਾਜ਼ ਹੈ ਇਹਦੇ ਪਿੱਛੇ? ਕੋਈ ਜ਼ਿਆਦਾ ਨਹੀਂ ਜੀ, ਰਾਜ਼ ਬੇਸਿਕਸ ਚੀਜ਼ਾਂ ਹੈਗੀਆਂ ਨੇਗੀਆਂ, ਮੈਂ ਮਤਲਬ ਆਈ ਬਲੀਵ ਇਨ ਗੋਡ, ਬਸ ਬਾਬਾ ਜੀ ਲਈ ਕਰਦੇ ਨੇ, ਤੇ ਬਾਕੀ ਜਿਹੜੀਆਂ ਮੈਂ ਜਿਵੇਂ ਗੱਲ ਕੀਤੀ ਵੀ ਬੇਸਿਕਸ ਚੀਜ਼ਾਂ ਹੁੰਦੀਆਂ ਨੇ ਉਹ ਧਿਆਨ ਰੱਖਦੇ ਜੀ, ਵਰਕਆਊਟ ਤੇ ਡਾਈਟ ਦੇ ਉੱਤੇ, ਬਸ ਉਹੀ ਹੈ ਜੀ। ਅੱਛਾ ਗੈਵੀ ਭਾਜੀ, ਆਪਾਂ ਮੰਨ ਕੇ ਚੱਲੀਏ ਜਿੱਦਾਂ ਤੁਸੀਂ ਫਿਲਮ 'ਚ ਪੰਜਾਬ ਦੇ ਵਿੱਚ ਤੇ ਕੰਮ ਕਰਦੇ ਹੋ, ਪੈਰਲ ਤੁਸੀਂ ਬਾਲੀਵੁੱਡ 'ਚ ਵੀ ਕੰਮ ਕੀਤਾ, 11 ਨਾਲ 12 ਵਰਗੀ ਫਿਲਮ ਤੋਂ ਤੁਸੀਂ ਆਪਣਾ ਕਰੀਅਰ ਦੀ ਸ਼ੁਰੂਆਤ ਕਰਦੇ ਫਿਲਮ ਦੀ, ਤੇ ਜੇ ਟੀ ਵੀ ਸੀਰੀਅਲਸ ਦੀ ਗੱਲ ਕਰੀਏ ਤਾਂ ਟੀ ਵੀ ਸੀਰੀਅਲਸ 'ਚੋਂ ਫਿਲਮ 'ਚ ਸਵਿੱਚ ਕਰਨਾ
ਉਹ ਕਿੰਨਾ ਕੁ ਵੱਡਾ ਤੁਹਾਡਾ ਡਿਸੀਜਨ ਸੀ? ਤੁਹਾਨੂੰ ਲੱਗਾ ਕਿ ਟੀਵੀ ਸੀਰੀਅਲ ਮੈਨੂੰ ਕਹਿ ਲਓ ਇੱਕ ਜਗ੍ਹਾ ਤੇ ਮੈਨੂੰ ਅੜਾ ਦਿੰਦਾ ਪਿਆ ਕਿ ਮੈਂ ਇੱਕ ਕਰੈਕਟਰ ਦੇ ਵਿੱਚ ਜ਼ਿਆਦਾ ਸ਼ੇਡ ਨਹੀਂ ਲਿਆ ਸਕਦਾ, ਤਾਂ ਫਿਲਮਸ ਵੱਲ ਆਏ ਜਾਂ ਫਿਲਮਸ ਵੱਲ ਪੈਸਾ ਜ਼ਿਆਦਾ ਜਾਂ ਪੈਸਾ ਕਿਹਦੇ ਵੱਲ ਜ਼ਿਆਦਾ, ਤਾਂ ਕਿਉਂ ਤੁਸੀਂ ਫਿਲਮਸ ਵੱਲ ਮੂਵ ਕੀਤਾ ਤੇ ਹੁਣ ਫਿਰ ਟੀਵੀ ਵਿੱਚ ਕਿਉਂ ਨਹੀਂ ਤੁਸੀਂ ਆ ਰਹੇ? ਨਹੀਂ ਜੀ, ਮੈਂ ਟੀਵੀ ਦੇ ਵਿੱਚ ਵੀ ਆ ਰਿਹਾ। ਮੇਰੇ ਲਈ ਇਹ ਖੈਰ ਗੱਲ ਤੁਸੀਂ ਕਹਿ ਰਹੇ ਹੋ, ਪਰ ਟੀਵੀ ਹੋਵੇ ਚਾਹੇ ਫਿਲਮਸ ਨੇ, ਮੈਨੂੰ ਮਤਲਬ ਐਕਟਿੰਗ ਕਰਨਾ ਪਸੰਦ ਹੈ ਜੀ। ਮਾਧਿਅਮ ਕੋਈ ਵੀ ਹੋਵੇ, ਚੰਗਾ ਹੋਵੇ। ਸੋ ਪੈਰਲਲ ਹੀ ਹੁਣ ਵੀ ਮੇਰਾ ਟੀਵੀ ਚੱਲ ਰਿਹਾ ਜੀ। ਵੈਬ ਸੀਰੀਜ਼ ਨੂੰ ਆਪਾਂ ਟੀਵੀ ਕਹਿੰਦੇ ਹਾਂ ਕਿਉਂਕਿ ਥੀਏਟਰ ਦੇ ਵਿੱਚ ਤਾਂ ਰਿਲੀਜ਼ ਹੁੰਦੀ ਨਹੀਂ ਹੈਗੀ, ਹੈ ਨਾ, ਉਹ ਵੀ ਇੱਕ ਟੀਵੀ ਉਹ ਹੈਗਾ। ਸੋ ਦੋਨੇ ਚੀਜ਼ਾਂ ਕਰ ਰਿਹਾ ਜੀ ਮੈਂ, ਅਤੇ ਦੋਨਾਂ ਦਾ ਆਪਣਾ ਆਪਣਾ ਆਨੰਦ ਹੈ। ਇਹ ਜ਼ਰੂਰ ਹੈ ਵੀ ਫਿਲਮ ਦੇ ਵਿੱਚ ਇਹ ਫਾਇਦਾ ਹੁੰਦਾ ਕਿ ਤੁਹਾਨੂੰ ਆਪਣਾ ਕਿਰਦਾਰ ਪਤਾ ਹੁੰਦਾ ਹੈ, ਪਹਿਲਾਂ ਹੀ ਪੂਰੀ ਸਕ੍ਰਿਪਟ ਹੁੰਦੀ ਹੈ। ਟੈਲੀਵਿਜ਼ਨ ਦੇ ਵਿੱਚ, ਸੀਰੀਅਲਸ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ, ਉਹ ਜਿੱਦਾਂ ਦੀ TRP ਚੱਲਦੀ ਹੈ ਉਸ ਹਿਸਾਬ ਨਾਲ ਟਰੈਕ ਅੱਗੇ ਪਿੱਛੇ ਹੋ ਜਾਂਦਾ। ਸੋ ਉੱਥੇ ਜੇ ਆਪਾਂ ਕ੍ਰੀਏਟਿਵਿਟੀ ਦੀ ਗੱਲ ਕਰੀਏ ਤਾਂ ਟੈਲੀਵਿਜ਼ਨ ਦੇ ਵਿੱਚ ਕਾਫ਼ੀ ਤੁਸੀਂ ਸੀਮਿਤ ਹੋ ਜਾਂਦੇ ਹੋ। ਉੱਥੇ ਤੁਸੀਂ ਆਪਣੇ ਕਿਰਦਾਰ ਦੇ ਨਾਲ ਬਹੁਤਾ ਜ਼ਿਆਦਾ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ, ਕਿਉਂਕਿ ਉਹਨਾਂ ਦਾ ਸ਼ਾਮ ਦਾ ਟਾਰਗੇਟ ਹੁੰਦਾ ਜੀ ਵੀ ਇੰਨੇ ਮਿੰਟ ਫੁਟੇਜ ਅਸੀਂ ਦੇਣੀ ਆ। ਸੋ ਉਹ ਪਰ ਮੈਂ ਇਹ ਕਹਿਣਾ ਜੀ ਵੀ ਘੱਟ ਸਮੇਂ ਦੇ ਵਿੱਚ ਜੇ ਕੋਈ ਵਧੀਆ ਪਰਫੋਰਮੈਂਸ ਕਰ ਜਾਂਦਾ ਤਾਂ TV ਐਕਟਰਸ ਜ਼ਿਆਦਾ ਵਧੀਆ ਪਰਫੋਰਮ ਕਰਦੇ ਹੈਗੇ ਨੇ, ਕਿਉਂਕਿ ਟਾਈਮ ਬਹੁਤ ਲਿਮਿਟਿਡ ਹੁੰਦਾ ਫਿਲਮ ਦੇ ਵਿੱਚ, ਸਟਿਲ ਆਪਾਂ ਨੂੰ ਚੀਜ਼ਾਂ ਪਤਾ ਹੁੰਦੀਆਂ ਨੇਗੀਆਂ। ਸੋ ਦੋਨਾਂ ਦਾ ਆਪਣਾ ਆਪਣਾ ਮਜ਼ਾ ਹੈ ਜੀ, ਤੇ ਪਰ ਓਬਵੀਅਸ ਫਿਲਮਸ ਤਾਂ ਫਿਲਮਸ ਹੀ ਨੇ, ਫਿਲਮਸ ਨੇ। ਵੱਡਾ ਮਾਧਿਅਮ ਮਿਲ ਜਾਂਦਾ, ਲੋਕ ਤੁਹਾਨੂੰ ਵੱਡੀ ਸਕਰੀਨ ਤੇ ਜੋ ਦੇਖਦੇ ਨੇ ਤੁਸੀਂ ਮਤਲਬ ਮੰਨਦੇ ਕਿ ਵਾਓ ਸਿਲਵਰ ਸਕਰੀਨ ਤੇ ਸਟਾਰ ਨਜ਼ਰ ਆ ਰਿਹਾ, ਔਰ ਜ਼ਿਆਦਾ ਫੈਨ ਫੋਲੋਇੰਗ ਬਣਦੀ ਸ਼ਾਇਦ ਉਹਦੀ। ਨਹੀਂ, TV ਦੀ ਅਪਰੋਚ ਜ਼ਿਆਦਾ ਜੀ ਫਿਲਮਸ ਦੇ ਨਾਲੋਂ। ਘਰ ਘਰ ਪਹੁੰਚਦਾ TV, ਕਈ ਆਪਣੇ ਬਹੁਤ ਵੱਡੇ ਵੱਡੇ ਸੁਪਰ ਸਟਾਰਸ ਨੇ ਉਹਨਾਂ ਦੇ ਨਾਲੋਂ ਟੈਲੀਵਿਜ਼ਨ ਐਕਟਰਸ ਦੇ ਜਿਹੜੇ ਲੀਡ ਐਕਟਰਸ ਨੇ ਗੇ ਜਾਂ ਹੋਰ ਨੇ ਜਿਹਨਾਂ ਨੂੰ ਲੋਕ ਪਸੰਦ ਕਰਦੇ ਨੇ, ਉਹਨਾਂ ਦੀ ਅਪਰੋਚ ਕਿਤੇ ਜ਼ਿਆਦਾ ਹੈਗੀ ਆ। ਪਰ ਇਹ ਵੀ ਜੇ ਟੈਲੀਵਿਜ਼ਨ ਦੇ ਵਿੱਚ ਨਾ ਜਿਵੇਂ ਇਟਸ ਲਾਈਕ ਅ ਜੌਬ, ਉਹੀ ਸੈੱਟ, ਉਹੀ ਲੋਕ, ਉਹੀ ਕੱਪੜੇ। ਫਿਲਮ ਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਜੀ ਵੀ ਤੁਹਾਨੂੰ ਇੱਧਰ ਉੱਧਰ ਕਰ ਸਕਦੇ ਹੋ। ਹਾਂਜੀ ਹਾਂ, ਸੋ ਇਹ ਆ ਵੀ ਉਹ ਫਿਰ ਥੋੜ੍ਹੀ ਦੇਰ ਬਾਅਦ ਬੋਰੀਅਤ ਆਉਣ ਲੱਗ ਜਾਂਦੀ ਹੈ ਟੈਲੀਵਿਜ਼ਨ ਦੇ ਵਿੱਚ, ਬਟ ਇਟਸ ਗੁੱਡ ਮਨੀ, ਤੇ ਤੁਹਾਨੂੰ ਪਤਾ ਹੁੰਦਾ ਜੀ ਹਾਂਜੀ ਮੇਰਾ ਚੈੱਕ ਆਉਣ ਵਾਲਾ ਹੈ, ਤੇ ਉਹ ਫਿਰ ਤੁਹਾਨੂੰ ਜਿਹੜਾ ਚੈੱਕ ਹੈਗਾ ਜੀ ਉਹ ਤੁਹਾਨੂੰ ਖੁਸ਼ ਹੈ। ਬਿਲਕੁਲ ਜੀ, ਬਿਲਕੁਲ, ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਚਲੋ ਇੱਦਾਂ ਹੀ ਖੁਸ਼ ਰਹੋ ਤੁਸੀਂ। ਹੋਰ ਆਡੀਅੰਸ ਨੂੰ ਖੁਸ਼ ਕਰਨ ਵਾਸਤੇ ਆਪਾਂ ਗੇਮ ਲੈ ਗਏ ਤੁਹਾਡੇ ਵਾਸਤੇ, ਬਚਪਨ ਤੋਂ ਲੈ ਕੇ ਹੁਣ ਤੱਕ ਆਪਾਂ ਗੇਮ ਬਹੁਤ ਵਾਰ ਖੇਡੀ ਹੋ ਗਈ, ਇਹਦਾ ਨਾਮ ਹੈ ਡਮਸ਼ਰਾਸ। ਤੋ ਕੁਝ ਕੁ ਪਰਚੀਆਂ ਨੇ ਤੁਹਾਡੇ ਕੋਲ, ਮੈਂ ਤੁਹਾਨੂੰ ਹਾਂ ਹੁਣ ਮੈਂ ਤੁਹਾਨੂੰ ਇੱਕ ਸੌਖੀ ਗੇਮ ਹੈ ਇਸ ਵਾਸਤੇ ਮੈਂ ਤੁਹਾਨੂੰ ਕਹਿ ਰਿਹਾ ਕਿੱਦਾਂ ਰੱਖੀ ਹੈ। ਇਹਦੇ 'ਚ ਜ਼ਿਆਦਾਤਰ ਜੋ ਫਿਲਮਸ ਨੇ ਪਹਿਲਾਂ ਹਿੰਟ ਦੇ ਰਿਹਾ ਤਾਂ ਕਿ ਤੁਹਾਨੂੰ ਔਖਾ ਨਾ ਲੱਗੇ, ਤੁਹਾਡੀਆਂ ਹੀ ਫਿਲਮਸ ਨੇ, ਤੁਹਾਨੂੰ ਸੌਖਾ ਰਹੇਗਾ ਗੈਸ ਕਰਨਾ। ਹੋਰ ਵੀ ਹੈਗੀਆਂ ਨੇ, ਅੱਜ ਪਤਾ ਲੱਗੂਗਾ, ਹੋਰ ਵੀ ਹੈਗੀਆਂ ਨੇ, ਪਰ ਜ਼ਿਆਦਾ ਜਿਹੜੀਆਂ ਫਿਲਮਸ ਨੇ ਉਹ ਤੁਹਾਡੇ ਦੋਵਾਂ ਦੀ ਫਿਲਮਸ ਨੇ। ਤੋ ਸ਼ੁਰੂਆਤ ਕੌਣ ਕਰੇਗਾ? ਮੈਂ ਰੂਲਸ ਦੱਸ ਦਿੰਦਾ ਤੁਹਾਨੂੰ, ਤੁਸੀਂ ਇੱਕ ਚਿੱਟ ਫੜਨੀ ਹੈ, ਫਿਲਮ ਦਾ ਨਾਮ ਵੇਖਣਾ, ਬੋਲਣਾ ਨਹੀਂ ਹੈ, ਸਿਰਫ ਇਸ਼ਾਰਿਆਂ 'ਚ ਸਮਝਾਉਣਾ ਹੈ, ਹਿੰਦੀ, ਪੰਜਾਬੀ, ਇੰਗਲਿਸ਼, ਇਹ ਤੱਕ ਨਹੀਂ ਤੁਸੀਂ ਬੋਲਣਾ। ਇਸ਼ਾਰਿਆਂ 'ਚ ਇੰਗਲਿਸ਼ ਕਿੱਦਾਂ ਹੁੰਦਾ? ਹਿੰਦੀ ਤੁਸੀਂ ਇੱਦਾਂ ਕਰ ਦੋ, ਪੰਜਾਬੀ ਤੁਸੀਂ ਇੱਦਾਂ ਕਰ ਦੋ, ਪੰਜਾਬੀ ਹੈ, ਹਾਂਜੀ, ਤਿੰਨ ਵਰਡ ਹੈ, ਹਾਂਜੀ।
ਅਸੀਂ ਸਾਰੇ ਇੱਕੋ ਫਰੈਂਡਸ਼ਿਪ ਇੰਗਲਿਸ਼ ਚ ਹੋ ਗਿਆ ਦੋਸਤੀ ਹੈ ਨਾ ਹਾਂ ਦੋਸਤਾਨਾ ਦੋਸਤ ਕੌਣ ਮੈਂ ਅਸੀਂ ਸਾਰੇ ਦੋਸਤ ਹਾਂ ਕਿੱਥੇ ਜਦੋਂ ਹੈਲਪ ਚਾਹੀਦੀ ਹੋ ਮੈਨੂੰ ਆਵਾਜ਼ ਮਾਰ ਦੇ ਮੈਂ ਹੈਲਪ ਕਰ ਨਹੀਂ ਦੋਸਤ ਦੋਸਤ ਹੈਗਾ ਵਰਡ ਵਿੱਚ ਹੈਗਾ ਹੈ ਨਾ ਯਾਰੀ ਯਾਰੀਆਂ ਯਾਰੀ ਤਿੰਨ ਵਰਡਸ ਨੇ ਇੱਕ ਵਰਡ ਆ ਯਾਰੀ ਯਾਰੀ ਯਾਰੀਆਂ ਯਾਰੀ ਹਾਂ ਭਈ ਯਾਰੀ ਤੇਰੀ ਮੇਰੀ ਯਾਰੀ ਮੈਂ ਹਾਂ ਤਿੰਨ ਵਰਡ ਨੇ ਪੰਜਾਬੀ ਚ ਨੇ ਉਹਦੇ ਚ ਇੱਕ ਯਾਰੀ ਹੈ ਹਾਂ ਯਾਰੀ ਤੇਰੀ ਮੇਰੀ ਬੋਲ ਦੋ ਫਿਰ ਤੁਸੀਂ ਓਕੇ ਮੈਂ ਹੈਲਪ ਕਰਦਾ ਤੁਹਾਡੀ ਇਸ ਫਿਲਮ ਦਾ ਨਾਂ ਮੈਂ ਹੁਣੇ ਇੰਟਰਵਿਊ ਚ ਲਿਆ ਹੁਣੇ ਲਿਆ ਨਾ ਭਾਜੀ ਹਾਂ ਬਿਲਕੁਲ ਹੁਣੇ ਹਾਂ ਇਸੇ ਇੰਟਰਵਿਊ ਚ ਕੁਝ ਸਮੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਮੂਵੀ ਦਾ ਨਾਮ ਨਹੀਂ ਹੋਊਗਾ ਬਟ ਉਹ ਨੋਰਮਲ ਲਾਈਫ ਫਿਲਮ ਦਾ ਨਾਮ ਮੂਵੀ ਦਾ ਨਾਮ ਮੈਂ ਕਹਿ ਕੇ ਲਿਆ ਹੈ ਕਿ ਇਹ ਫਿਲਮ ਮਿੱਤਰਾਂ ਦੀ ਯਾਰੀ ਮਿੱਤਰਾਂ ਦੀ ਯਾਰੀ ਤਿੰਨ ਵਰਡ ਹੀ ਹੋਏ ਹਾਰ ਗਈ ਦੱਸੋ ਦੱਸੋ ਦੇਖੋ ਤੁਸੀਂ ਕਿਹਾ ਯਾਰੀਆਂ ਮੈਂ ਕਿਹਾ ਪਹਿਲਾ ਸ਼ਬਦ ਯਾਰਾ ਉਹਨੂੰ ਲੌਕ ਕਰ ਪਹਿਲਾ ਸ਼ਬਦ ਔਰ ਪਹਿਲਾ ਅੱਖ ਯਾਰੀ ਬੋਲਦੀ ਹੈ ਤਾਂ ਤੁਸੀਂ ਐਕਸੈਪਟ ਕਰਤਾ ਹਾਂ ਫਿਰ ਉਹਨੂੰ ਤੁਸੀਂ ਪਹਿਲਾ ਰੱਖ ਲਓ ਨਾ ਹਾਂ ਦੂਜਾ ਦੱਸਣ ਲੱਗਿਆ ਸੀ ਵੀ ਦੂਜਾ ਕੀ ਹੈ ਹਾਂ ਤੁਸੀਂ ਤੇਰੀ ਮੇਰੀ ਯਾਰੀ ਤੇਰੀ ਆ ਗਿਆ ਯਾਰੀ ਪਹਿਲਾ ਸੀਗਾ ਯਾਰੀ ਕੀ ਸੀਗਾ ਫਿਰ ਯਾਰਾਂ ਨਾਲ ਬਹਾਰਾਂ ਨੇ ਮੈਂ ਤੁਹਾਨੂੰ ਯਾਰਾਂ ਨਾਲ ਬਹਾਰਾਂ ਯਾਰਾਂ ਆ ਜਾਂਦਾ ਪਤਾ ਲੱਗ ਜਾਂਦਾ ਤੇ ਫਿਰ ਨਾਲ ਬਹਾਰਾਂ ਆ ਜਾਂਦਾ ਸੀ ਮੈਂ ਤਾਂ ਹੀ ਕਿਹਾ ਸੀ ਤਿੰਨ ਸ਼ਬਦ ਨੇ ਪਹਿਲਾ ਯਾਰੀ ਓਕੇ ਮੈਂ ਹੁਣ ਨਾਲ ਦੱਸਣਾ ਸੀਗਾ ਪਰ ਤੁਸੀਂ ਤੇਰੀ ਮੇਰੀ ਯਾਰੀ ਯਾਰਾਂ ਨਾਲ ਉਹ ਕਰਨ ਲੱਗੇ ਮੈਂ ਪਹਿਲਾਂ ਕਿਹਾ ਸੀ ਲੌਕ ਹੈ ਅੱਗੇ ਵਧੀਆ ਫਨ ਹੁਣ ਮੈਂ ਤੁਹਾਡੀ ਟਰਨ ਹੈ ਤੁਸੀਂ ਆਪਣੀ ਪਰਚੀ ਦੇ ਵਿੱਚ ਮਿਕਸ ਕਰਤੀ ਹੈ ਰੁਕ ਜਾ ਰੱਖੀ ਹੈ ਹਾਂ ਬਸ ਇਹਨੂੰ ਸਾਈਡ ਤੇ ਕਰ ਦਿੰਦੇ ਆਪਾਂ ਪਤਾ ਨਹੀਂ ਓਕੇ ਅੱਛਾ ਨਹੀਂ ਹੋਰ ਨਹੀਂ ਲਿਖਿਆ ਤੇ ਪਤਾ ਨਹੀਂ ਪਰ ਇੰਗਲਿਸ਼ ਚ ਆ ਬਟ ਫਿਲਮ ਪਤਾ ਲੱਗ ਗਈ ਨਾ ਤੁਹਾਨੂੰ ਹਾਂ ਟਾਈਟਲ ਤਾਂ ਪਤਾ ਹੀ ਪਰ ਉਹ ਹਿੰਦੀ ਵੀ ਹੈ ਉਹਦੇ ਚ ਹਿੰਦੀ ਹੈ ਹਿੰਦੀ ਮੂਵੀ ਹਾਂ ਅੱਛਾ ਇਹ ਦੱਸਣਾ ਹੈ ਚੁੱਪ ਰਹਿਣਾ ਤੁਸੀਂ ਹਿੰਦੀ ਘੁੰਮਣਾ ਸਰਾਊਂਡਿੰਗ ਨੂੰ ਪੰਜਾਬੀ ਆਲਾ ਦੁਆਲਾ ਸਰਕਲ ਚੱਕਰ ਗੋਲ ਗੋਲ ਮੈਂ ਹੁਣ ਇਹੀ ਗੋਲ ਤੇਜ ਗੋਲ ਬਹੁਤ ਜ਼ਿਆਦਾ ਇੱਕੋ ਹੀ ਸ਼ਬਦ ਹੈ ਨਾ ਗੋਲ ਚੱਕਰ ਗੋਲ ਮਾਰ ਅਰੇ ਵਾਹ ਵੈਰੀ ਗੁੱਡ 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 ਨੈਕਸਟ ਤੁਹਾਡੀ ਟਰਨ ਆਓ ਅੱਛਾ ਬਿਲਕੁਲ ਬਿਲਕੁਲ
ਵੈਰੀ ਗੁੱਡ ਯਾਰ, ਇਹ ਬਹੁਤ ਬਹੁਤ ਵਧੀਆ ਸਮਝਾ ਦਿੱਤਾ, ਪੰਜਵੀਂ ਗੈਸ ਕਰ ਲਿਆ, ਵਧੀਆ ਰਹੇ। ਹਾਂਜੀ, ਪਰ ਮਾਲ ਦਾ ਜੇ ਉਹ ਪਰ ਮਾਲ ਤੇ ਇਦਾਂ ਹੀ ਕਹਿੰਦਾ ਸੀ, ਪਹਿਲਾਂ ਮੈਂ ਉਹ ਕਹਿ ਲੱਗੀ ਬੈਂਕ ਵਾਲਾ ਲੱਗੀ। ਓਰੇ ਵਾਹ, ਇਹਨੂੰ ਹੁਣ ਕੌਣ ਸਮਝਾਊਗਾ ਤੇ ਕਿਵੇਂ ਸਮਝਾਊਗਾ, ਇਹ ਬਹੁਤ ਵੱਡਾ ਟਾਸਕ ਆ। ਸਮਝਾਊਂਗਾ, ਆਓ ਜੀ ਆਓ, ਕਿਵੇਂ ਸਮਝਾਉਂਗੇ ਇਹ ਕਹੋ। ਪਤਾ ਨਹੀਂ ਓਰੀਜਨਲ ਹੈ ਕਿ ਨਹੀਂ। ਹਾਂਜੀ, ਹੁਣ ਆਪਾਂ ਪੰਜਾਬੀ ਕਿੰਨੇ ਵਰਡ ਸੀ, ਪਹਿਲਾ ਵਰਡ ਇਸ਼ਾਰਾ ਵੀ ਕਰ ਸਕਦੇ? ਬਿਲਕੁਲ ਬਿਲਕੁਲ, ਚੱਪਲ, ਸੈਂਡਲ, ਜੁੱਤੀ। ਗੁੱਡ ਗੁੱਡ ਗੁੱਡ, ਸਹੀ ਜਾ ਰਹੇ। ਨਹੀਂ, ਮੈਂ ਹੋਰ ਈਜ਼ੀ ਦੱਸਦਾ ਉਹਨਾਂ ਨੂੰ, ਜੁੱਤੀ ਵਾਲੀ ਵੇਖਿਆ ਹੀ ਤਾਂ ਮੈਂ ਗਿਆ। ਸਹੀ ਜਾ ਰਹੀ, ਸਹੀ ਜਾ ਰਹੀ। ਪਹਿਲਾ ਵਰਡ ਇੱਕ, ਚਾਹ, ਪਾਣੀ, ਪਾ, ਪਾ। ਦੂਜੇ ਨੂੰ ਮੈਂ ਹੁਣ ਕਿਵੇਂ ਦੱਸਾਂ? ਕਿੱਥੇ, ਪਾ ਕਿੱਥੇ, ਪਾ, ਹਾਂ, ਕੀ, ਕਿੱਥੇ, ਕੀ, ਪਾਕ, ਪਾਕ, ਪਾਕ ਹੈਗਾ ਆ ਪਾਕਿਸਤਾਨੀ ਫਿਲਮ, ਸੂਟ ਸਭਾ ਦੇ ਪਾਕਿਸਤਾਨ ਕੀ ਹੈ, ਮੈਂ ਤੇ ਕਨਫਿਊਜ਼ ਕਰੂੰਗਾ, ਪਾਕਿਸਤਾਨੀ ਫਿਲਮ ਹੈ, ਮਜ਼ਾਕ ਕਰ ਰਿਹਾ ਮੈਂ, ਹਾਂ। ਜੁੱਤੀ ਹੈਗੀ ਆ, ਹਾਂ, ਪੰਜਾਬੀ ਜੁੱਤੀ ਕਰੇ, ਹਾਂ। ਮੋਚੀ, ਰੁਕੋ, ਰੋਲ, ਲੱਡੂ, ਹਾਂ, ਲੱਡੂ ਖਾਣਾ, ਮੈਂ ਇਹਨਾਂ ਨੂੰ ਪਤਾ ਲੱਗ ਜੂ ਕਿਉਂਕਿ ਉਹ ਚੀਜ਼ ਇਹਨਾਂ ਨੂੰ ਸੁਣੀ ਹੋਈ ਹੈ। ਲੱਡੂ ਕਿੱਥੋਂ ਆਏ ਇਹਨਾਂ ਦੀ ਫਿਲਮ ਆ, ਪੇਂਟ, ਪੇਂਟ ਕਲਰ ਕਿਹੜਾ ਆ, ਜੁੱਤੀ ਦਾ ਕਲਰ ਕਿਹੜਾ ਆ, ਜੁੱਤੀ ਦਾ ਕਲਰ ਕਿਹੜਾ ਆ, ਪਿੰਕ, ਪਿੰਕੀ ਮੋਗੇ ਵਾਲੀ, ਸੀਰੀਅਸਲੀ ਜੇ ਪਿੰਕ ਕਲਰ ਨਹੀਂ ਹੈ, ਗੁੱਡ ਭਾਜੀ, ਭਾਜੀ ਵੈਰੀ ਗੁੱਡ, ਨਹੀਂ ਉਹ ਤਾਂ ਪਿੰਕ ਸਮਝ ਆ ਜਾਂਦਾ ਤਾਂ ਪਤਾ ਲੱਗਦਾ, ਪਰ ਆ ਦੇਖੋ ਨਾ ਇਹ ਚ ਮਲਟੀ ਕਲਰ ਆ, ਤੇ ਮੈਂ ਇਹਨੂੰ ਇੰਨਾ ਨਹੀਂ ਪਤਾ ਕਿ ਮੈਂ ਪਿੰਕ ਹੀ ਕਿਉਂ ਬੋਲਿਆ, ਕਿਉਂਕਿ ਇਹਨਾਂ ਦੀ ਮੂਵੀ ਕਰਕੇ ਸੀ, ਇਸੇ ਗੱਲ ਕਰਕੇ ਤੁਹਾਨੂੰ ਕਹਿ ਰਿਹਾ ਸੀ। ਪਰ ਲੱਡੂ ਕਿੱਥੋਂ ਆ ਗਿਆ ਫਿਰ, ਲੱਡੂ ਨਹੀਂ, ਪਿੰਨੀ,
ਮੈਂ ਕਿਹਾ ਪਿੰਨੀ ਪਿੰਨੀ ਉਹ ਮੈਂ ਪਿੰਨੀ ਨਹੀਂ ਸੀ ਲਿਆ ਬਜ਼ਾਰ ਨਾਲ ਤੁਹਾਨੂੰ ਪਤਾ ਹੈਗਾ ਭਾਜੀ ਜ਼ਿਆਦਾ ਡੀਪ ਚਲੇ ਜਾਂਦੇ ਨੇ ਭਾਜੀ ਪਰ ਆ ਤੁਸੀਂ ਕਹਿੰਦੇ ਨਾ ਪਰ ਇਹ ਚ ਮਲਟੀ ਰੰਗ ਸੀਗੇ ਪਰ ਬੇਸਿਕ ਤੇ ਪਿੰਕ ਆ ਓਹੋ ਜਦੋਂ ਆ ਓ ਯਾ ਇਹ ਕਲਰ ਤਾਂ ਹੁੰਦਾ ਬੇਸਿਕ ਹੈਗਾ ਪਹਿਲਾਂ ਪਿੰਕ ਪਤਾ ਵੀ ਜੁੱਤੀ ਕਹਿੰਦੇ ਨਾ ਬਸ ਜੁੱਤੀ ਤੇ ਧਿਆਨ ਰੱਖਾਂਦੇ ਤੇ ਮੈਨੂੰ ਸਮਝ ਆ ਜਾਣਾ ਸੀ ਬੇਸਿਕ ਤੁਹਾਡੇ ਜੁੱਤੀ ਵਾਲੀ ਜਾਂਦੀ ਹਾਂ ਪਰ ਜੁੱਤੀ ਤੋਂ ਅੱਗੇ ਫਿਰ ਮੈਨੂੰ ਮੈਂ ਬੋਲਦੀ ਜੇ ਜੁੱਤੀ ਨਹੀਂ ਤੇ ਫਿਰ ਹੋਰ ਮੈਂ ਹਾਂਜੀ ਚਲੋ ਉਹ ਕਲਰ ਕਿੱਦਾਂ ਗਿਆ ਕੀਤਾ ਯਾਰ ਉਹ ਮੈਂ ਹੈਰਾਨ ਹੋ ਰਿਹਾ ਪਿੰਕ ਕਿਉਂਕਿ ਮੈਨੂੰ ਇਹ ਜਿੱਦਾਂ ਮੈਂ ਕਹਿ ਰਿਹਾ ਸੀ ਪੇਂਟ ਕਰਨਾ ਪੇਂਟ ਕਲਰ ਯਾ ਯਾ ਦੈਟਸ ਨਾਈਸ ਦੈਟਸ ਨਾਈਸ ਉਹ ਖਾਸੀ ਥੋੜੀ ਫਿਲਮ ਹੈ ਇੱਕ ਅੱਖਰ ਦੀ ਹੈ ਦੋ ਅੱਖਰਾਂ ਦੀ ਹੈ ਮੇਰੀ ਫਿਲਮ ਆ ਨਹੀਂ ਬੋਲਣਾ ਨਹੀਂ ਹੈਗਾ ਮੈਂ ਪਹਿਲੇ ਦੱਸਦਾ ਤੁਹਾਡੀ ਫਿਲਮ ਹੈ ਤੁਸੀਂ ਉਹ ਦੱਸਿਆ ਕਰੋ ਨਾ ਵੀ ਇੱਕ ਅੱਖਰ ਦੋ ਅੱਖਰ ਦੋ ਸ਼ਬਦਾਂ ਦੀ ਹੈ ਓਕੇ ਦੋ ਅਲੱਗ ਅਲੱਗ ਸ਼ਬਦ ਪਹਿਲਾ ਸ਼ਬਦ ਇੱਕ ਮੈਂ ਤੁਹਾਡੀ ਫਿਲਮ ਉਹ ਕਰ ਦਿੰਦਾ ਮੁੰਡਾ ਗੁਰਦਾਸਪੁਰ ਤੇ ਕਹੀ ਨਹੀਂ ਮੁੰਡਾ ਗੁਰਦਾਸ ਸ਼ਰੀਕ ਟੂ ਅਬ ਕੀ ਬੋਲੇ ਸੀ ਗੁਰਦਾਸਪੁਰ ਸ਼ਰੀਕ ਟੂ ਮੈਡਮ ਗੁਰਦਾਸਪੁਰ ਤੇ ਮੁੰਡਾ ਗੁਰਦਾਸਪੁਰ ਤੇ ਮੈਂ ਕੀਤੀ ਨਹੀਂ ਮੈਂ ਕਿਹਾ ਮੈਮ ਗੁਰਦਾਸਪੁਰ ਮੈਂ ਗੁਰਦਾਸਪੁਰ ਦੀ ਆ ਮੁੰਡਾ ਕੌਣ ਮੈਨੇ ਦੀ ਫਿਲਮ ਹਾਂ ਉਹੀ ਉਹੀ ਮੈਂ ਵੀ ਕਿੰਨੀ ਵਾਰ ਬਹੁਤ ਨਹੀਂ ਨਹੀਂ ਉਹ ਨਹੀਂ ਕਰਤਾਰਪੁਰ ਹੁਸ਼ਿਆਰਪੁਰ ਨਹੀਂ ਦੋ ਸ਼ਬਦ ਨੇ ਮੈਂ ਤਾਂ ਇਹਨਾਂ ਦੀ ਫਿਲਮਾਂ ਹੀ ਯਾਦ ਕਰ ਰਿਹਾ ਕਿਹੜੇ ਕਿਹੜੇ ਨੇ ਸ਼ਰੀਕ ਟੂ ਆ ਦੋ ਸ਼ਬਦਾਂ ਦੀ ਹੈਗੀ ਆ ਮੁੰਡਾ ਗੁਰਦਾਸਪੁਰੀ ਆ ਉਹ ਹੈ ਨੀ ਗੁਰਦਾਸਪੁਰੀ ਕਿੰਨੇ ਕੀਤੀ ਹੈਗੀ ਆ ਮੂਵੀ ਇਦਾਂ ਦੀ ਹੈ ਹੀ ਨਹੀਂ ਮੂਵੀ ਨਹੀਂ ਅੱਛਾ ਮਤਲਬ ਮੁੰਡਾ ਹੈਗੀ ਆ ਪਰ ਮੇਰੀ ਆ ਔਰ ਉਹ ਮੈਂ ਸਮਝ ਗੁਰਦਾਸਪੁਰੀ ਸ਼ਹਿਰ ਨੋ ਫਿਲਮ ਹੈ ਆਪਣਾ ਨਾ ਮੁੰਡਾ ਹੈਗਾ ਆ ਬਟ ਆਪਣੇ ਹੀ ਪੰਜਾਬ ਦੇ ਸ਼ਹਿਰ ਦਾ ਕੋਈ ਨਾਮ ਹੈ ਉਹੀ ਦੱਸ ਰਿਹਾ ਵੀ ਗੁਰਦਾਸਪੁਰੀ ਨਹੀਂ ਹੈਗਾ ਉਹ ਕੋਈ ਹੋਰ ਸ਼ਹਿਰ ਹੈ ਮੁੰਡਾ ਫਰੀਦਕੋਟ ਆ ਓਏ ਹੋਏ ਕਿੰਨੀ ਬੇਇੱਜ਼ਤੀ ਵਾਲੀ ਗੱਲ ਆ ਚਲੋ ਲੱਭੋ ਨੈਕਸਟ ਭਾਜੀ ਤੁਹਾਡੀ ਟਰਨ ਆਓ ਮੈਂ ਕਹਿ ਰਹੀ ਦੋ ਸ਼ਬਦ ਮੇਰੀ ਪਹਿਲੀ ਮੂਵੀ ਹੈ ਆਪੇ ਮੈਨੂੰ ਨਾਮ ਨਹੀਂ ਪਤਾ ਨਾ ਲੱਗਾ ਚਲੋ ਗੁੱਡ ਚਲੋ ਆਈਡੀਆ ਲੱਗਾ ਆ ਮੈਨੂੰ ਵੀ ਨਹੀਂ ਸੀ ਪਰ ਸਹੀ ਜਾ ਰਹੇ ਆ ਤੁਸੀਂ ਬਹੁਤ ਵਧੀਆ ਮੈਨੂੰ ਇਹ ਔਖਾ ਸੀ ਯਾਰ ਮੁੰਡਾ ਫਰੀਦਕੋਟੀਆ ਭਾਜੀ ਨੂੰ ਔਖੀਆਂ ਫਿਲਮਾਂ ਆ ਰਹੀਆਂ ਮੈਂ ਲਾਇਆ ਸਾ ਇਹ ਸਮਝਾਓ ਤੁਸੀਂ ਨਾ ਇਹ ਜੇ ਦੇਖੋ ਇੱਕ ਸਕਿੰਟ ਚ ਲੱਭ ਸਕਦਾ ਬੰਦਾ ਠੀਕ ਹੈ ਜੀ ਚਲੋ ਹਿੰਦੀ ਹੈ ਦੋ ਸ਼ਬਦ ਦੋ ਵਰਡਸ ਦੀ ਹੈ ਹਾਂ ਪਹਿਲਾ ਰਿੰਗ ਇਹ ਕਿਹੜੀ ਪਾਈ ਹੈ ਮੈਂ ਨੀਲੀ ਨੀਲ ਗੋਲਡ ਸਿਲਵਰ ਮੁੰਦਰੀ ਨਹੀਂ ਉਹ ਤਾਂ ਹਿੰਦੀ ਹੈ ਨਾ ਰਿੰਗ ਨਾ ਆ ਕੀ ਹੈ ਨੀਲਮ ਨੀਲਮ ਬਲੂ ਨੀਲਾ ਓਕੇ ਅੰਗੇਜਮੈਂਟ ਸਗਾਈ ਰਿੰਗ ਸੈਨਾਮਨੀ ਰਿੰਗ ਦੋ ਸ਼ਬਦ ਹੈ ਦੋ ਸ਼ਬਦ ਹੈ ਹਾਂ ਚਾਰ ਫੇਰੇ ਚਾਰ ਫੇਰੇ 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 ਤੋਂ ਪਹਿਲਾਂ ਕੀ ਹੁੰਦਾ ਫੇਰੇ ਤੋਂ ਪੰਜਾਬੀ ਹੈ ਫੇਰੇ ਹਿੰਦੀ ਹੈ ਸ਼ਾਦੀ ਸ਼ੁਦ ਉਹ ਫੇਰੇ ਸੱਤ ਫੇਰੇ ਸੱਤ ਫੇਰੇ ਕਿਹੜੀ ਫਿਲਮ ਹੈ ਯਾਰ ਕਿਹੜੀ ਹੈ ਮਤਲਬ ਫੇਰੇ ਹੈਗਾ ਹੈ ਵਰਡ
ਪੇਂਟ ਫਿਰ ਕਲਰ ਹਰਾ ਹਰਾ ਰੰਗ ਹਰਾ ਮੁਝ ਹਰਾ ਰੰਗ ਹਰਾ ਬਸ ਹਰਾ ਆਇਆ ਚ ਚਾਰ ਚੁਫੇਰੇ ਚਾਰ ਹਰਾ ਚੁਫੇਰਾ ਮੈਨੂੰ ਨੀ ਪਤਾ ਲੱਗਦਾ ਯਾਰ ਤੁਸੀਂ ਆਰਾਮ ਨਾਲ ਪਾ ਰਹੇ ਹਰਾ ਹੈਗਾ ਆ ਹਰਾ ਹਾਂ ਚੁਫੇਰਾ ਫੇਰੇ ਹਾਂ ਚਾਰ ਫੇਰੇ ਵੱਖਰੀ ਰਹੇਗੀ ਪੰਜਾਬੀ ਸਿਨੇਮਾ ਦੇ ਵਿੱਚ ਕਿਉਂ ਲੋਕੀ ਨੂੰ ਦੇਖਣ ਜਾਣਗੇ ਔਰ ਕੀ ਇਹ ਵੱਖਰਾ ਆਡੀਅੰਸ ਨੂੰ ਪਰੋਸਦੀ ਪਈ ਹੈ ਮੈਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਸਭ ਤੋਂ ਪਹਿਲਾਂ ਫਿਲਮ ਲੋਕ ਦੇਖਣ ਕਿਉਂ ਜਾਂਦੇ ਨੇ ਆਪਣਾ ਮਨੋਰੰਜਨ ਕਰਨ ਦੇ ਲਈ ਹਨਾ ਸੋ ਉਹ ਮਨੋਰੰਜਨ ਦੇ ਲਈ ਇਸ ਫਿਲਮ ਦੇ ਵਿੱਚ ਸਾਰੇ ਮਸਾਲੇ ਨੇ ਸਾਰੇ ਰਸ ਨੇ ਚਾਹੇ ਤੁਸੀਂ ਉਹਨੂੰ ਐਕਸ਼ਨ ਕਹਿ ਦਿਓ ਚਾਹੇ ਤੁਸੀਂ ਕਾਮੇਡੀ ਕਹਿ ਦਿਓ ਚਾਹੇ ਤੁਸੀਂ ਡਰਾਮਾ ਕਹਿ ਲਓ ਹਨਾ ਸੋ ਉਹ ਸਾਰੇ ਰਸਾਂ ਦਾ ਇੱਕ ਕੰਪਲੀਟ ਮਿਸ਼ਰਣ ਸੰਗਰਾਂਦ ਦੇ ਵਿੱਚ ਹੈ ਤੇ ਬਾਕੀ ਜਿਹੜੇ ਲੋਕਾਂ ਨੂੰ ਸੌਂਗਸ ਪਸੰਦ ਨੇ ਗਾਣੇ ਦੇ ਇੱਕ ਤੋਂ ਇੱਕ ਵਧੀਆ ਨੇਗੇ ਤੇ ਬਾਕੀ ਰਿਸ਼ਤਿਆਂ ਨੂੰ ਕਹਿੰਦੀ ਕਹਾਣੀ ਹੈ ਕਿਤੇ ਨਾ ਕਿਤੇ ਜਦੋਂ ਆਡੀਅੰਸ ਦੇਖਣ ਜਾਊਗੀ ਉਹ ਪਰਟੀਕੁਲਰ ਸੀਨਸ ਨੂੰ ਕਿਤੇ ਨਾ ਕਿਤੇ ਆਪਣੇ ਨਾਲ ਜ਼ਰੂਰ ਕਨੈਕਟ ਕਰੂਗੀ ਸੋ ਸਾਰੇ ਮਸਾਲੇ ਅਸੀਂ ਲੈ ਕੇ ਆਏ ਜਿੱਦਾਂ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਪੂਰਾ ਪੈਸਾ ਵਸੂਲ ਹੋਊਗਾ ਤੇ ਉਹ ਜ਼ਰੂਰ ਦੇਖਣਗੇ ਓਕੇ ਸ਼ਰਨ ਜੀ ਤੁਹਾਡੇ ਵੱਲ ਆਉਂਦੇ ਹਾਂ ਮੁੰਡਾ ਫਰੀਦਕੋਟੀਆ ਤੋਂ ਲੈ ਕੇ ਹੁਣ ਤੱਕ ਦਾ ਜੋ ਸਫ਼ਰ ਹੈ ਕਿਵੇਂ ਚੂਜ਼ ਕਰਦੇ ਹੋ ਸਕ੍ਰਿਪਟ ਨੂੰ ਕੀ ਲੱਗਦਾ ਕਿ ਆਹ ਸਕ੍ਰਿਪਟ 'ਚ ਹੋਣਾ ਚਾਹੀਦਾ ਤਾਂ ਮੈਂ ਫਿਲਮ ਕਰੂੰਗੀ ਮੈਨੂੰ ਲੱਗਦਾ ਜੋ ਚੀਜ਼ ਮੈਂ ਨਹੀਂ ਕਰ ਸਕਦੀ ਮੈਨੂੰ ਉਹ ਕਰਨਾ ਬਹੁਤ ਪਸੰਦ ਹੈ ਲਾਈਕ ਮੈਨੂੰ ਮੈਨੂੰ ਜਿੱਦਾਂ ਕੋਈ ਪੁੱਛਦਾ ਤਾਂ ਮੈਨੂੰ ਬਰਫੀ 'ਚ ਜੋ ਪ੍ਰਿਯੰਕਾ ਨੇ ਕੈਰੈਕਟਰ ਕੀਤਾ ਸੀ ਐਬਨੋਰਮਲ ਗਰਲ ਦਾ ਮੈਨੂੰ ਉਹ ਪਸੰਦ ਆ ਮੈਨੂੰ ਕਾਮੇਡੀ ਔਖੀ ਲੱਗਦੀ ਮੈਨੂੰ ਕਾਮੇਡੀ ਕਰਨਾ ਪਸੰਦ ਆ ਬਟ ਜਿਹੜਾ ਮੈਂ ਸੰਗਰਾਂਦ 'ਚ ਕੈਰੈਕਟਰ ਕੀਤਾ ਇੱਕ ਜੋ ਕੁੜੀ ਮਤਲਬ ਚੀਜ਼ਾਂ ਨਾਲ ਸਿਚੁਏਸ਼ਨ ਦੇ ਨਾਲ ਸਮਝੌਤਾ ਕਰ ਲੈਂਦੀ ਆ ਮੈਂ ਉਹ ਬਿਲਕੁਲ ਵੀ ਨਹੀਂ ਹੈਗੀ ਔਰ ਉਹ ਮੇਰੇ ਜ਼ੋਨਰ ਦੀ ਨਹੀਂ ਸੀ ਮੂਵੀ ਬਟ ਉਹ ਕੈਰੈਕਟਰ ਡਿਫਰੈਂਟ ਸੀ ਮਤਲਬ ਜੋ ਚੀਜ਼ ਅਸੀਂ ਨਾ ਅਸੀਂ ਰੀਅਲ 'ਚ ਨਾ ਹੋਈਏ ਉਹ ਸਾਨੂੰ ਕਰਨੀ ਪਵੇ ਆਈ ਥਿੰਕ ਉਹ ਮੈਨੂੰ ਜ਼ਿਆਦਾ ਵਧੀਆ ਲੱਗਦਾ ਔਰ ਸੰਗਰਾਂਦ 'ਚ ਮੈਨੂੰ ਮੌਕਾ ਮਿਲਿਆ ਓਕੇ ਤੋ ਗਵੀ ਭਾਜੀ ਤੁਹਾਡੇ ਵੱਲ ਆਉਂਦੇ ਹਾਂ ਹੁਣ ਤੱਕ ਦੇ ਤੁਹਾਡੇ ਫਿਲਮੀ ਸਫ਼ਰ ਦੀ ਗੱਲ ਕਰੀਏ ਐਕਟਿੰਗ ਕਰੀਅਰ ਦੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਕਿ ਮੇਰਾ ਹਾਲੇ ਤੱਕ ਦਾ ਸਭ ਤੋਂ ਇੰਪੈਕਟਫੁਲ ਰੋਲ ਜਾਂ ਮੈਮੋਰੇਬਲ ਪ੍ਰੋਜੈਕਟ ਆ ਸੀ ਅਤੇ ਐਸੇ ਲੋਕਾਂ ਨਾਲ ਜੁੜ ਕੇ ਮੈਨੂੰ ਬਹੁਤ ਮਜ਼ਾ ਆਇਆ ਮੇਰੇ ਮੋਸਟਲੀ ਜੀ ਸਾਰੇ ਜਿਹੜੇ ਮੇਰੇ ਪ੍ਰੋਜੈਕਟ ਨੇ ਸਾਰਿਆਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਅਤੇ ਹਰ ਇੱਕ ਫਿਲਮ ਦੀ ਮੇਰੀ ਇੱਕ ਵੱਖਰੀ ਉਹਦੇ ਨਾਲ ਮਤਲਬ ਬੌਂਡਿੰਗ ਹੈਗੀ ਆ ਅਤੇ ਹਰ ਇੱਕ ਕੰਮ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਜੇ ਕੋਈ ਇੱਕ ਪ੍ਰੋਜੈਕਟ ਚੂਜ਼ ਕਰਨਾ ਹੋਵੇ ਤਾਂ ਨਹੀਂ ਮੈਨੂੰ ਮੇਰੇ ਸਾਰੇ ਪ੍ਰੋਜੈਕਟ ਬਹੁਤ ਪਿਆਰੇ ਨੇ ਕੋਈ ਇੱਕ ਮੈਂ ਇੱਦਾਂ ਨਹੀਂ ਕਹਿ ਸਕਦਾ ਕਿ ਇਹ ਤਾਂ ਪਰ ਜੇ ਹੁਣ ਆਪਾਂ ਸੰਗਰਾਂਦ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮੈਨੂੰ ਮਲਟੀ ਸ਼ੇਡਡ ਕੈਰੈਕਟਰ ਨਿਭਾਉਣ ਦਾ ਮੌਕਾ ਮਿਲਿਆ ਸੋ ਮੈਂ ਇਹਨੂੰ ਚੈਲੇਂਜਿੰਗ ਮੰਨਦਾ ਸੀ ਜਦੋਂ ਮੈਨੂੰ ਐਂ ਸੀਗਾ ਵੀ ਜਦੋਂ ਆਊਗਾ ਸਾਹਮਣੇ ਤਾਂ ਕਿੱਦਾਂ ਲੱਗੂਗਾ ਕਿਉਂਕਿ ਚੁੱਪ ਚੁੱਪ ਜੇ ਰਹਿਣ ਵਾਲਾ ਅਤੇ ਉਸ ਤਰੀਕੇ ਦਾ ਕਿਰਦਾਰ ਹੈਗਾ ਸੋ ਜਦੋਂ ਤੁਹਾਡੇ ਕੋਲ ਕਹਿਣ ਲਈ ਬਹੁਤੇ ਸ਼ਬਦ ਨਹੀਂ ਹੁੰਦੇ ਸਿਰਫ ਤੁਸੀਂ ਆਪਣੇ ਐਕਸਪ੍ਰੈਸ਼ਨਸ ਦੇ ਨਾਲ ਆਪਣੇ ਅੱਖਾਂ ਦੇ ਨਾਲ ਜਿਵੇਂ ਸ਼ਰਨ ਉਹਨਾਂ ਦਾ ਇੱਕ ਡਾਇਲੋਗ ਹੈਗਾ ਇਹਦੇ ਵਿੱਚ ਹੈ ਨਾ ਵੀ ਤੁਹਾਡੀ ਅੱਖਾਂ 'ਚ ਬੜਾ ਖਾਲੀਪਨ ਦਿਖਦਾ ਹੈਗਾ ਸੋ ਉਹ ਚੀਜ਼ਾਂ ਦਿਖਾਉਣੀਆਂ ਸੋ ਉਹ ਇੱਕ ਚੈਲੇਂਜਿੰਗ ਹੁੰਦਾ ਜੀ ਚੈਲੇਂਜਿੰਗ ਕੰਮ ਹੁੰਦਾ ਸੋ ਸਾਰੇ ਮੈਨੂੰ ਸੰਗਰਾਂਦ ਦੇ ਵਿੱਚ ਨਿਭਾਉਣ ਨੂੰ ਮਿਲਿਆ ਸੋ ਆਈ ਐਮ ਹੈਪੀ ਓਕੇ ਸ਼ਰਨ ਜੀ ਤੁਹਾਡੀ ਗੱਲ ਕਰੀਏ ਤਾਂ ਉਹ ਕਿਹੜੀ ਚੀਜ਼ ਹੈ ਜੋ ਸ਼ਰਨ ਕੌਰ ਨੂੰ ਇੰਨਾ ਇੰਸਪਾਇਰਡ ਜਾਂ ਮੋਟੀਵੇਟਡ ਰੱਖਦੀ ਹੈ ਕਿ ਫਿਲਮ ਇੰਡਸਟਰੀ 'ਚ ਲੱਗੇ ਰਹਿਣਾ ਅਤੇ ਆਪਾਂ ਹੁਣ ਇਹਦੇ 'ਚ ਹੀ ਜੀਣਾ ਮਰਨਾ ਹੁਣ ਇਹੀ ਕਰੀਅਰ ਹੈ ਤੁਹਾਡਾ
ਕਹਿੰਦੇ ਜਦੋਂ ਆਪਾਂ ਕੋਈ ਚੀਜ਼ ਦੀ ਸ਼ੁਰੂਆਤ ਕਰਦੇ, ਜਿੱਦਾਂ ਮੈਂ ਸਟਾਰਟਿੰਗ 'ਤੇ ਜੋ ਸੋਚਿਆ ਸੀ ਕਿ ਜਦੋਂ ਅਸੀਂ ਫਸਟ ਮੂਵੀ ਫੋਰ ਜਿੱਦਾਂ ਫਿਲਮੀ ਆਪਾਂ ਸੋਚਦੇ ਹਾਂ ਕਿ ਹਾਂ ਪਹਿਲੀ ਮੂਵੀ ਤੋਂ ਬਾਅਦ ਹੀ ਮੇਰਾ ਹਿੱਟ ਹੋਈ ਨਹੀਂ ਹੈ ਬਈ ਮੈਂ ਤਾਂ ਸਟਾਰ ਹਾਂ, ਬਟ ਆਈ ਥਿੰਕ ਫਸਟ ਮੂਵੀ ਤੋਂ ਬਾਅਦ ਅਸਲ ਸਟਰਗਲ ਸ਼ੁਰੂ ਹੋਇਆ। ਓਕੇ, ਅਤੇ ਉਸ ਤੋਂ ਬਾਅਦ ਹੁਣ ਤੱਕ ਮੇਰੀ ਜਿੰਨੀ ਵੀ ਜਰਨੀ ਰਹੀ ਵਾਹਿਗੁਰੂ ਦਾ ਸ਼ੁਕਰ ਹੈ, ਕਿਉਂਕਿ ਵਿੱਚ ਕੋਵਿਡ ਵੀ ਆ ਗਿਆ, ਮੈਨੂੰ ਲੱਗਿਆ ਸੀ ਮੈਂ ਡੈਬਿਊ ਕੀਤਾ ਹੈ ਅਤੇ ਕੋਵਿਡ ਆ ਗਿਆ, ਪਤਾ ਨਹੀਂ ਮੇਰੀ ਕਿਸਮਤ ਕਿੱਦਾਂ ਦੀ ਆ, ਬਟ ਆਈ ਥਿੰਕ ਜੋ ਹੁੰਦਾ ਵਧੀਆ ਹੁੰਦਾ। ਉਸ ਤੋਂ ਬਾਅਦ ਹੀ ਮੈਨੂੰ ਸ਼ਰੀਕ 2 ਮਿਲੀ ਔਰ ਹਾਈ ਮੈਨੂੰ ਲੱਗਦਾ ਮੈਂ ਸ਼ੁਰੂਆਤ ਕੀਤੀ ਹੈ, ਹੌਲੀ ਹੌਲੀ ਜਾ ਰਹੀ ਹਾਂ, ਬਸ ਆਪਣੇ ਆਪ ਨੂੰ ਖੁਦ ਹੀ ਮੋਟੀਵੇਟ, ਜਦੋਂ ਜੋ ਚੀਜ਼ਾਂ ਅਸੀਂ ਐਕਸਪੈਕਟ ਕਰਦੇ ਉਹ ਨਹੀਂ ਹੁੰਦੀਆਂ, ਆਈ ਥਿੰਕ ਸਾਨੂੰ ਹੋਰ ਮੋਟੀਵੇਟ ਕਰਦੀ ਔਰ ਸਿਖਾਉਂਦੀ ਹੈ ਜੋ ਅਸੀਂ ਮਿਸਟੇਕ ਕੀਤੀ ਉਹ ਦੁਬਾਰਾ ਨਾ ਕਰੀਏ ਅਤੇ ਹੋਰ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਲੈ ਕੇ ਆਈਏ। ਬਲ ਸੰਗਰਾਂਦ ਦੀ ਗੱਲ ਕਰੀਏ ਤਾਂ ਜਿੱਦਾਂ ਤੁਸੀਂ ਕਿਹਾ ਕਿ ਹਰ ਇੱਕ ਚੀਜ਼ ਹੋ ਗਈ, ਇਹ 'ਚ ਐਕਸ਼ਨ ਹੈ, ਗਾਣਾ ਹੈ, ਕਾਮੇਡੀ ਹੈ, ਬਲ ਆਪਾਂ ਦੇਖਦੇ ਪਏ ਹਾਂ ਕਿ ਇੱਕ ਚੰਗਾ ਮੈਸੇਜ ਵੀ ਦੇਖਣ ਨੂੰ ਮਿਲਦਾ ਪਿਆ, ਜਿਵੇਂ ਪੋਸਟਰ 'ਚੋਂ ਥੋੜ੍ਹਾ ਜਿਹਾ ਆਈਡੀਆ ਹੁਣ ਲੱਗਦਾ ਪਿਆ ਕਿ ਸ਼ਾਇਦ ਸਿੱਖੀਜ਼ਮ ਵੱਲ ਨੂੰ ਪ੍ਰਮੋਟ ਕਰਦੀ ਪਈ, ਜੋ ਤੁਹਾਡਾ ਕਿਰਦਾਰ ਹੈ ਜੋ ਤੁਸੀਂ ਪਲੇ ਕਰਦੇ ਪਏ ਉਹਦੇ 'ਚ, ਇਹਦੇ 'ਚ ਕੋਈ ਡੀਪ ਮੈਸੇਜ ਵੀ ਲੁਕਿਆ ਹੋਇਆ ਜੋ ਆਡੀਅੰਸ ਨੂੰ ਲੱਗਦਾ ਕਿ ਹਾਂ ਆਪਣੇ ਨਾਲ ਘਰ ਜ਼ਰੂਰ ਲੈ ਕੇ ਜਾਏਗੀ? ਹਾਂਜੀ, ਜੇ ਆਪਾਂ ਪੱਗ ਬੰਨ ਲਈਏ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਸਿੱਖੀਜ਼ਮ ਦੇ ਨਾਲ ਹੋ ਰਹੇ ਹਾਂ, ਉਹ ਇੱਕ ਸਿੱਖੀਜ਼ਮ ਦੀ ਸਾਡੀ ਪਹਿਚਾਣ ਹੈ, ਪਰ ਸਬਜੈਕਟ ਜਿਹੜਾ ਹੈਗਾ ਗਾ ਉਹ ਸੰਗਰਾਂਦ, ਜਿਵੇਂ ਸ਼ਾਇਦ ਤੁਸੀਂ ਤਾਂ ਕਹਿ ਤਾ ਹੁਣ ਸੰਗਰਾਂਦ ਆਪਣਾ ਇੱਕ ਸਿੱਖੀ ਦਾ ਜਾਂ ਗੁਰੂ ਘਰ ਜਾ ਕੇ ਆਪਾਂ ਮਨਾਉਂਦੇ ਹੈਗੇ ਹਨ, ਸੋ ਸੰਗਰਾਂਦ ਐਕਚੁਅਲੀ ਜਿਹੜੀ ਸਾਡੀ ਫਿਲਮ ਦੀ ਕਹਾਣੀ ਆ ਉਹਦੇ ਉੱਤੇ ਬਹੁਤ ਢੁਕਦਾ ਕਿਰਦਾਰ ਹੈ, ਰਿਸ਼ਤਿਆਂ ਦੀ ਕਹਾਣੀ ਹੈ ਅਤੇ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਹੈ ਨਾ, ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ, ਚੰਗੇ ਟਾਈਮ, ਮਾੜਾ ਟਾਈਮ, ਸੋ ਸੰਗਰਾਂਦ ਆਪਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨ ਜਾਂਦੇ ਜੀ ਸਾਡਾ ਪੂਰਾ ਮਹੀਨਾ ਵਧੀਆ ਨਿਕਲੇ, ਹੈ ਨਾ, ਜਿਹੜੇ ਕੋਈ ਪਿੱਛੇ ਕਮੀਆਂ ਰਹਿ ਗਈਆਂ ਦੁੱਖ ਸੁੱਖ ਨੇ ਵੀ ਉਹਨੂੰ ਛੱਡ ਕੇ ਇੱਕ ਨਵੀਂ ਸ਼ੁਰੂਆਤ ਹੋਵੇ, ਤਾਂ ਇਹਦੇ ਵਿੱਚ ਵੀ ਕਿਰਦਾਰਾਂ ਦੇ ਨਾਲ ਕੀ ਹਾਦਸੇ ਵਾਪਰਦੇ ਨੇ ਵੀ ਉਹ ਸਾਰੀਆਂ ਚੀਜ਼ਾਂ ਛੱਡ ਕੇ ਸਾਡੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋਵੇ, ਚਾਹੇ ਉਹ ਕੀਰਤ ਸ਼ਰਨ ਦਾ ਕਿਰਦਾਰ ਹੈ, ਚਾਹੇ ਸਾਹਿਬ ਮੇਰਾ ਕਿਰਦਾਰ ਹੈ, ਚਾਹੇ ਬਾਕੀ ਹੋਰ ਕਿਰਦਾਰ ਨੇ, ਹਰ ਇੱਕ ਦੀਆਂ ਆਪਣੀਆਂ ਮਜਬੂਰੀਆਂ ਨੇ, ਪਰ ਉਹ ਸਾਰੀਆਂ ਚੀਜ਼ਾਂ ਛੱਡ ਕੇ ਵੀ ਰੱਬਾ ਇੱਕ ਨਵੀਂ ਸ਼ੁਰੂਆਤ ਹੋਵੇ, ਨਵੀਂ ਜ਼ਿੰਦਗੀ ਹੋਵੇ ਅਤੇ ਲੋਕਾਂ ਨੂੰ ਵੀ ਇਹੀ ਸੁਨੇਹਾ ਪਹੁੰਚੇ ਕਿ ਜੇ ਕਿਤੇ ਉਹਨਾਂ ਦੇ ਜੀਵਨ 'ਚ ਵੀ ਇੱਦਾਂ ਦੀਆਂ ਕੋਈ ਕਠਿਨਾਈਆਂ ਨੇ ਉਹ ਸਾਰੀਆਂ ਛੱਡ ਕੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਨਵੀਂ ਸੰਗਰਾਂਦ ਆਵੇ। ਓਕੇ, ਤੁਹਾਡੇ ਕਰੀਅਰ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਕਿ ਤੁਸੀਂ ਹੁਣ ਤੱਕ ਦੇ ਕਰੀਅਰ ਦੇ ਵਿੱਚ, ਮਤਲਬ ਹਰ ਐਕਟਰ ਦੇ ਨਾ ਫੇਜ਼ਿਸ ਆਉਂਦੇ ਨੇ, ਜ਼ਰੂਰੀ ਨਹੀਂ ਹੈ ਕਿ ਹੁਣ ਸ਼ਾਹਰੁਖ ਖਾਨ ਸਰ ਦੀ ਹਰ ਫਿਲਮ ਹਿੱਟ ਹੁੰਦੀ ਹੋਏਗੀ, ਉਹਨਾਂ ਨੂੰ ਵੀ ਫੇਲੀਅਰ ਸਕਸੈਸ ਦਾ ਡਰ ਰਹਿੰਦਾ ਰਹਿੰਦਾ, ਤਾਂ ਤੁਹਾਨੂੰ ਦੋਵਾਂ ਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਜਾਂ ਹੁਣ ਤੱਕ ਦਾ ਜਿੰਨਾ ਵੀ ਫਿਲਮੀ ਕਰੀਅਰ ਹੈ, ਖਾਸ ਕਰ ਸਰ ਤੁਹਾਡਾ, ਕਿ ਨਵੀਂ ਸ਼ੁਰੂਆਤ ਕਰਨੀ ਕਿੰਨੀ ਕੁ ਜ਼ਿਆਦਾ ਔਖੀ ਹੁੰਦੀ ਹੈ ਜਦੋਂ ਬੰਦਾ ਬਹੁਤ ਜ਼ਿਆਦਾ ਲੋਅ ਫੇਸ 'ਚ ਚਲਾ ਜਾਂਦਾ ਜਾਂ ਲੱਗਦਾ ਕਿ ਯਾਰ ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਚੀਜ਼ ਵੱਲ ਅੱਗੇ ਵਧਣਾ ਚਾਹੀਦਾ, ਪ੍ਰੋਫੈਸ਼ਨ ਸਵਿੱਚ ਕਰ ਲੈਣਾ ਚਾਹੀਦਾ, ਤਾਂ ਕਿਵੇਂ ਤੁਸੀਂ ਕਿਵੇਂ ਆਪਣੇ ਆਪ ਨੂੰ ਮੋਟੀਵੇਟ ਰੱਖਦੇ ਹੋ, ਨਵੀਂ ਸ਼ੁਰੂਆਤ ਤੁਸੀਂ ਕਿਵੇਂ ਕਰਦੇ ਹੋ? ਨਹੀਂ ਜੀ, ਮੇਰਾ ਚੱਲੇ ਜਾਂਦਾ, ਨਵੀਂ ਸ਼ੁਰੂਆਤ ਵਾਲਾ ਮੇਰੇ ਅਜੇ ਮੁਕਾਮ ਆਇਆ ਨਹੀਂ ਇੱਦਾਂ ਦਾ ਕਿ ਮੈਂ ਕਦੇ ਲੋਅ ਫੀਲ ਕਰਾਂ ਜਾਂ ਕੁਛ ਨਹੀਂ ਚੰਗਾ ਹੋ ਰਿਹਾ ਤਾਂ ਮੈਨੂੰ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ, ਪਰ ਜ਼ਿੰਦਗੀ ਦੇ ਵਿੱਚ ਜੀ ਜੇ ਤੁਸੀਂ ਕੋਈ ਚੀਜ਼ ਹਾਸਲ ਕਰਨੀ ਹੈ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ, ਤਾਂ ਜੀ ਚਾਹੇ ਲੋਅ ਫੇਜ਼ ਆਵੇ ਚਾਹੇ ਹਾਈ ਫੇਜ਼ ਆਵੇ, ਦਿਮਾਗ ਨੂੰ ਸੈੱਟ ਰੱਖੋ, ਆਪਣੇ ਕੰਮ ਦੇ ਉੱਤੇ ਫੋਕਸ ਕਰੋ, ਇਮਾਨਦਾਰੀ ਦੇ ਨਾਲ ਕੰਮ ਕਰਦੇ ਜਾਓਗੇ ਤਾਂ ਕਾਮਯਾਬੀ ਮਿਲੂਗੀ ਮਿਲੂਗੀ। ਵਧੀਆ ਗੱਲ ਹੈ। ਬਸ ਜਾਂਦੇ ਜਾਂਦੇ ਆਡੀਅੰਸ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਸੰਗਰਾਂਦ ਫਿਲਮ 22 ਮਾਰਚ ਨੂੰ ਆ ਰਹੀ ਹੈ, ਇੱਕ ਆਮ ਪਰਿਵਾਰ ਦੀ ਗੱਲ ਕਰੀਏ, ਉਹਨਾਂ ਦੇ 3 ਜਾਂ 4 ਮੈਂਬਰ ਹੋਣਗੇ, ਉਹ ਆਪਣਾ ਪੈਟਰੋਲ ਡੀਜ਼ਲ ਖਰਚ ਕੇ ਪਾਰਕਿੰਗ 'ਚ ਜਾਣਗੇ, ਪਾਰਕਿੰਗ ਦੀ ਟਿਕਟ ਲਓਗੇ, ਫਿਰ ਫਿਲਮ ਦੇਖੋਗੇ, ਫਿਲਮ ਦੀ ਟਿਕਟ, ਪੋਪਕੋਰਨ ਸਾਰਾ, ਮਤਲਬ 1000 ਰੁਪਇਆ 1500 ਦਾ ਬਜਟ ਬਣੇਗਾ, ਤਾਂ ਇੰਨੇ ਰੁਪਏ ਉਹ ਤੁਹਾਡੀ ਫਿਲਮ 'ਤੇ ਕਿਉਂ ਇਨਵੈਸਟ ਕਰਨ, ਕਿਉਂ ਵੇਖਣ ਜਾਣ ਬੇਸਿਕਲੀ ਉਹ ਫਿਲਮ, ਕਿਉਂ ਆਪਣਾ ਟਾਈਮ ਦੇਣ ਤੁਹਾਡੀ ਫਿਲਮ ਨੂੰ? ਆਡੀਅੰਸ ਨੂੰ ਤੁਸੀਂ ਇਸ ਗੱਲ ਦਾ ਜਵਾਬ ਦਿਓ। ਦੇਖੋ ਜੀ, ਆਪਾਂ ਫਿਲਮ ਕਾਹਦੇ ਲਈ ਦੇਖਣ ਜਾਂਦੇ ਹਾਂ? ਬਹੁਤ ਪਹਿਲਾਂ ਵੀ ਆਪਾਂ ਇਹੀ ਗੱਲ ਕੀਤੀ ਸੀ, ਮਨੋਰੰਜਨ ਦੇ ਲਈ। ਸੋ ਮੈਂ ਕਹਿੰਦਾ ਜੀ ਤੁਸੀਂ 4 ਦੀ ਥਾਂ 'ਤੇ 10 ਬੰਦੇ ਵੀ ਲੈ ਕੇ ਆਓਗੇ, ਤੁਸੀਂ 10,000 ਵੀ ਖਰਚੋਗੇ,
ਤਾਂ ਆਈ ਐਮ ਸ਼ੋਰ ਜੀ ਕਿ ਤੁਹਾਡਾ ਪੂਰਾ 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 ਮਨੋਰੰਜਨ ਹੋਊਗਾ। ਸੋ ਨਾ ਮਨੋਰੰਜਨ ਹੋਣ ਵਾਲੀ ਕੋਈ ਗੱਲ ਹੈ ਹੀ ਨਹੀਂ, ਕਿਉਂਕਿ ਹਰ ਇੱਕ ਵਰਗ ਦੇ ਲਈ ਮੈਂ ਸੇਮ ਗੱਲਾਂ ਵਾਰ ਵਾਰ ਕਹੀ ਜਾਂਦਾ ਵੀ ਹਰ ਕੁਛ ਹੈਗਾ, ਚਾਹੇ ਤੁਸੀਂ ਆਪਣੇ ਨਾਲ ਆਪਣੇ ਛੋਟੇ ਬੱਚੇ ਨੂੰ ਵੀ ਲੈ ਜਾਓ, ਚਾਹੇ ਤੁਸੀਂ ਆਪਣੇ ਨਾਲ ਆਪਣੇ ਬਜ਼ੁਰਗਾਂ ਨੂੰ ਵੀ ਲੈ ਜਾਓ, ਉਹਨਾਂ ਦੇ ਲਈ ਅਲੱਗ ਚੀਜ਼ ਹੈ, ਬੱਚਿਆਂ ਲਈ ਅਲੱਗ ਚੀਜ਼ ਹੈ, ਜਵਾਨਾਂ ਲਈ ਅਲੱਗ ਚੀਜ਼ ਹੈ। ਜੇ ਹਸਬੈਂਡ ਵਾਈਫ ਵੀ ਜਾਣਗੇ ਤਾਂ ਰਿਸ਼ਤਿਆਂ ਨੂੰ ਕਹਿੰਦੀ ਇਹਦੇ 'ਚ ਬਹੁਤ ਜ਼ਿਆਦਾ ਮੈਸੇਜ ਨੇ, ਪਿਓ ਪੁੱਤ ਜਾਣਗੇ ਤਾਂ ਪਿਓ ਪੁੱਤ ਦੇ ਲਈ ਇੱਕ ਬਹੁਤ ਸੁਨੇਹਾ ਹੈਗਾ, ਮਾਂ ਧੀ ਜਾਣਗੇ, ਮਤਲਬ ਪੂਰੀ ਪਰਿਵਾਰਿਕ ਫਿਲਮ ਹੈਗੀ ਹੈ। ਸੋ ਕੋਈ ਵੀ ਏਦਾਂ ਦੀ ਚੀਜ਼ ਕਮੀ ਹੈ ਨਹੀਂ ਕਿ ਲੋਕ ਫੁੱਲ ਔਨ ਐਕਸ਼ਨ ਹੈ, ਰੋਮਾਂਸ ਹੈ, ਡਰਾਮਾ ਹੈ, ਰਿਸ਼ਤਿਆਂ ਦੀ ਉਹੀ ਵੈਲਿਊ ਨੂੰ ਦੱਸਿਆ ਹੈ, ਜਿੱਦਾਂ ਰੁੱਤਾਂ ਚੇਂਜ ਹੁੰਦੀਆਂ ਉੱਦਾਂ ਰਿਸ਼ਤੇ ਵੀ ਬਦਲਦੇ ਨੇ, ਉਹਨਾਂ ਦੀ ਅਹਿਮੀਅਤ ਨੂੰ ਦੱਸਿਆ ਹੈ, ਕਿਉਂਕਿ ਅੱਜ ਕੱਲ੍ਹ ਦੀ ਜਨਰੇਸ਼ਨ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਥੋੜ੍ਹਾ ਜਿਹਾ ਬੜਾ ਪ੍ਰੈਕਟੀਕਲ ਲੈਣ ਲੱਗ ਗਈ ਆ, ਬਟ ਉਹਦੀ ਹੀ ਰਿਮਾਈਂਡਰ ਨਾਲ, ਕਿਉਂਕਿ ਉਹ ਸਾਡੇ ਕਲਚਰ ਨਾਲ ਜੁੜੀਆਂ ਹੋਈਆਂ ਨੇ, ਇਸ ਲਈ ਇਹਦੇ ਵਿੱਚ ਉਹਦੇ ਥਰੂ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ, ਔਰ ਫੁੱਲ ਔਨ ਇੰਟਰਟੇਨਮੈਂਟ ਹੈ। ਸੋ ਬਾਈ ਮਾਰਚ ਨੂੰ ਆਪਣੇ ਨੀਅਰੈਸਟ ਥੀਏਟਰ 'ਚ ਫੈਮਿਲੀ ਫਰੈਂਡਸ ਨਾਲ ਜਾ ਕੇ ਸੰਗਰਾਂਡ ਜ਼ਰੂਰ ਦੇਖ ਕੇ ਆਇਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗੱਲ ਕਰਕੇ ਬਹੁਤ ਮਜ਼ਾ ਆਇਆ, ਔਰ ਗੇਮ ਖੇਡ ਕੇ ਤਾਂ ਹੋਰ ਮਜ਼ਾ ਆਇਆ।